ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਜਗ੍ਹਾ 'ਤੇ ਆਪਾਂ ਖੜ੍ਹੇ ਹਾਂ, ਇਹ ਜਗ੍ਹਾ ਧੰਨ ਧੰਨ ਸ਼ਹੀਦ ਬਾਬਾ ਸਿਲਵਰਾ ਜੀ, ਧੰਨ ਧੰਨ ਸ਼ਹੀਦ ਬਾਬਾ ਡੋਗਰ ਜੀ, ਉਹਨਾਂ ਦਾ ਇਤਿਹਾਸਿਕ ਸਥਾਨ ਹੈ ਜੋ ਕਿ ਬਹੁਤ ਹੀ ਪੁਰਾਤਨ ਬਣਿਆ ਹੋਇਆ ਹੈ। ਸ਼ਹੀਦ ਬਾਬਾ ਸਿਲਵਰਾ ਜੀ ਦਾ ਜਨਮ ਜੋ ਕਿ ਤਰਨ ਤਾਰਨ ਦੇ ਲਾਗੇ ਚੰਢੇਰ ਮਹਾਂਪੁਰਖਾਂ ਪਿੰਡ ਉੱਥੇ ਹੋਇਆ। ਉੱਥੇ ਬਾਬਾ ਜੀ ਨੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕੀਤੀ ਅਤੇ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ, ਜਿਸ ਕਰਕੇ ਸ਼ਹੀਦ ਬਾਬਾ ਸਿਲਵਰਾ ਜੀ ਨੂੰ ਬਾਬਾ ਸਿੱਧ ਸਿਲਵਰਾ ਜੀ ਵੀ ਕਿਹਾ ਜਾਂਦਾ ਹੈ। ਸੋ ਉਸ ਤੋਂ ਬਾਅਦ ਬਾਬਾ ਜੀ ਨੇ ਜੋ ਕਿ ਆਪਣੀ ਗੁਰੂ ਸਰ ਮਹਾਰਾਜ ਦੀ ਜੰਗ ਹੋਈ ਹੈ, ਉਸ ਦੇ ਵਿੱਚ ਛੇਵੇਂ ਪਾਤਸ਼ਾਹ ਦੇ ਨਾਲ ਇਸ ਲੜਾਈ ਦੇ ਵਿੱਚ ਹਿੱਸਾ ਲਿਆ। ਨਥਾਣੇ ਦੀ ਢਾਬ 'ਤੇ ਜੋ ਲੜਾਈ ਹੋਈ ਹੈ, ਉਸ ਦੇ ਵਿੱਚ ਜੋ ਕਿ ਛੋਟਾ ਗੁਰੂ ਸਰ ਵੱਡਾ ਗੁਰੂ ਸਰ ਸਾਹਿਬ ਦੀ ਜੰਗ ਹੋਈ ਹੈ, ਉਸ ਜੰਗ ਦੇ ਵਿੱਚ ਬਾਬਾ ਸਿਲਵਰਾ ਅਤੇ ਬਾਬਾ ਡੋਗਰ ਮਹਾਂਵਲੀ ਜੀ ਨੇ ਦੋਹਾਂ ਨੇ ਲੜ ਕੇ ਇੱਥੇ ਸ਼ਹੀਦੀ ਪ੍ਰਾਪਤ ਕੀਤੀ ਹੈ। ਅਤੇ ਇਸ ਅਸਥਾਨ 'ਤੇ ਆ ਕੇ ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਕਿ ਬਾਬਾ ਜੀ ਬਿਨ ਧੜ ਤੋਂ ਇਸ ਜਗ੍ਹਾ ਤੱਕ ਲੜਦੇ ਆਏ ਹੈ ਅਤੇ ਇਸ ਜਗ੍ਹਾ 'ਤੇ ਆ ਕੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਇਸੇ ਹੀ ਅਸਥਾਨ ਤੋਂ ਜੋ ਕਿ ਨਗਰ ਸਿਲਵਰਾ ਸ਼ਹੀਦ ਬਾਬਾ ਸਿਲਵਰਾ ਜੀ ਦੇ ਨਾਂ 'ਤੇ ਹੀ ਨਗਰ ਸਿਲਵਰਾ ਵਸਿਆ ਹੈ। ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਵੀ ਸੰਗਤਾਂ ਅੱਜ ਜੋ ਕਿ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਚੱਲ ਰਿਹਾ ਹੈ, ਇਸ ਮੇਲੇ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸੰਗਤਾਂ ਸਾਰੇ ਹੀ ਨਗਰਾਂ ਦੇ ਵਿੱਚੋਂ ਸਾਰੇ ਹੀ ਆਲ ਵਰਲਡ ਦੇ ਵਿੱਚੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ। ਜੋ ਵੀ ਸੰਗਤਾਂ ਸਾਡੇ ਨਗਰ ਸਿਲਵਰਾ ਤੋਂ ਬਾਹਰ ਜਿੱਥੇ ਕਿਤੇ ਵੀ ਬੈਠੀਆਂ ਨੇ, ਜਿੱਥੇ ਵੀ ਬੈਠੀਆਂ ਨੇ ਉੱਥੋਂ ਇਸ ਦਿਨ ਉਹ ਸਾਰੀਆਂ ਸੰਗਤਾਂ ਜ਼ਰੂਰ ਮੇਲੇ ਵਾਲੇ ਦਿਨ ਚੱਲ ਕੇ ਇੱਥੇ ਬਾਬਾ ਜੀ ਦੇ ਸਥਾਨ 'ਤੇ ਪਹੁੰਚਦੀਆਂ ਨੇ ਅਤੇ ਆਪਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਦੀਆਂ ਨੇ। ਸੋ ਇਸ ਜਗ੍ਹਾ 'ਤੇ ਸੁੱਖਾਂ ਵੀ ਪੂਰੀਆਂ ਹੁੰਦੀਆਂ ਨੇ ਬਾਬਾ ਜੀ ਦੇ, ਅਤੇ ਜੋ ਸੰਗਤਾਂ ਦੇ ਆਉਂਦੀਆਂ ਨੇ ਉਹਨਾਂ ਸੰਗਤਾਂ ਦੀਆਂ ਮਨੋਕਾਮਨਾਵਾਂ ਸੰਪੂਰਨ ਹੁੰਦੀਆਂ ਨੇ। ਅਤੇ ਇਸ ਜਗ੍ਹਾ 'ਤੇ ਬਾਬਾ ਜੀ ਦਾ ਜੋ ਪੁਰਾਤਨ ਸਥਾਨ ਸੀਗਾ ਸ਼ਹੀਦ ਬਾਬਾ ਡੋਗਰ ਜੀ ਦੀ ਜਗ੍ਹਾ, ਉਹ ਵੀ ਪੁਰਾਤਨ ਜੋ ਕਿ ਭਦੌੜੀ ਇੱਟਾਂ ਨਾਲ ਬਣੀ ਹੋਈ ਹੈ ਉਹ ਤਿਆਰ ਹੈ। ਬਾਬਾ ਸਿਲਵਰਾ ਜੀ ਦੀ ਜਗ੍ਹਾ ਉਹ ਵੀ ਪੁਰਾਤਨ ਬਣੀ ਵੀ ਹੈ, ਪਰ ਉਸ ਦੀ ਸੇਵਾ ਸੰਭਾਲ ਹੋਈ ਹੈ ਹੁਣ ਸੰਗਤਾਂ ਵੱਲੋਂ, ਉਹਦੇ ਉੱਪਰ ਅਸਰੀ ਟੁਕੜੀ ਲਾ ਕੇ ਉਹ ਪੁਰਾਣੀ ਜਗ੍ਹਾ ਨੂੰ ਉਸੇ ਤਰ੍ਹਾਂ ਸੰਭਾਲ ਕੇ ਰੱਖਿਆ ਹੈ। ਅਤੇ 2007 ਨੂੰ ਇਸ ਜਗ੍ਹਾ 'ਤੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਰੱਖੀ ਹੈ ਅਤੇ ਬਾਬਾ ਸਿਲਵਰਾ ਅਤੇ ਬਾਬਾ ਡੋਗਰ ਜੀ ਦੇ ਨਾਮ 'ਤੇ ਇੱਕ ਦਰਬਾਰ ਸਾਹਿਬ ਦੀ ਨਵੀਂ ਉਸਾਰੀ ਕਰਕੇ ਅਤੇ ਇੱਥੇ ਹੀ ਸ਼ਹੀਦ ਬਾਬਾ ਸਿਲਵਰਾ ਜੀ ਦਾ ਮੇਲਾ ਲੱਗਦਾ ਹੈ। ਸੋ ਸਾਰੀਆਂ ਸੰਗਤਾਂ ਬੜੀਆਂ ਹੀ ਸ਼ਰਧਾ ਅਤੇ ਭਾਵਨਾ ਨਾਲ ਆਉਂਦੀਆਂ ਨੇ। 3 ਦਿਨ ਨਗਰ ਦੇ ਵਿੱਚੋਂ ਸੰਗਤਾਂ ਨੌਜਵਾਨ ਵੀਰ ਸੇਵਾ ਕਰਦੇ ਆ, ਨਗਰ ਦੇ ਸਾਰੇ ਨਗਰ ਸਿਲਵਰਾ ਦੇ ਰਲ ਮਿਲ ਕੇ ਰਸਤਾ ਆਉਂਦੀਆਂ ਨੇ, ਮਾਇਆ ਦੀ ਸੇਵਾ ਆਉਂਦੀ ਹੈ। 3 ਦਿਨ ਹੀ ਇੱਥੇ ਤਕਰੀਬਨ 4 ਦਿਨ ਹੀ ਚੱਲਦਾ ਗਾ ਜੋ ਕਿ ਟੂਰਨਾਮੈਂਟ ਦੇ ਨਾਲ ਨਾਲ ਆਪਣਾ ਜਲੇਬੀਆਂ ਦਾ, ਪਕੌੜਿਆਂ ਦਾ, ਚਾਹ ਦਾ, ਪ੍ਰਸ਼ਾਦਿਆਂ ਦਾ, ਪਾਣੀ ਦੀਆਂ ਸਬੀਲਾਂ, ਠੰਡੇ ਮਿੱਠੇ ਜਲਦੀਆਂ, ਤਰ੍ਹਾਂ ਤਰ੍ਹਾਂ ਦੇ ਲੰਗਰ ਸੰਗਤਾਂ ਆਪ ਨੇ ਲਾਉਂਦੀਆਂ ਨੇ ਅਤੇ ਸ਼ਰਧਾ ਭਾਵਨਾ ਸੰਪੂਰਨ ਹੁੰਦੀ ਹੈ। ਅਤੇ ਬਾਬਾ ਸਿੱਧ ਸਿਲਵਰਾ ਜੀ ਦੇ ਨਾਂ 'ਤੇ ਹੀ ਜੋ ਕਿ ਸਪੋਰਟਸ ਕਲੱਬ ਬਣਿਆ ਹੋਇਆ ਹੈ, ਜੋ ਆਪਾਂ ਪਹਿਲਾਂ ਬੋਲ ਲਿਆ ਹੈ ਕਿ ਪਹਿਲਾਂ ਬਾਬਾ ਜੀ ਨੂੰ ਸਿੱਧ ਸਿਲਵਰਾ ਕਿਹਾ ਜਾਂਦਾ ਸੀਗਾ ਕਿਉਂਕਿ ਉਹਨਾਂ ਨੇ 3 ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਨਾਲ ਭਗਤੀ ਕੀਤੀ ਆ ਗੁਰੂ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ, ਅਤੇ ਉੱਥੋਂ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਈਆਂ, ਇਸ ਕਰਕੇ ਬਾਬਾ ਜੀ ਨੂੰ ਸਿੱਧ ਸਿਲਵਰਾ ਵੀ ਕਿਹਾ ਜਾਂਦਾ। ਪਰ ਜਦੋਂ ਉਸ ਤੋਂ ਬਾਅਦ ਇਹਨਾਂ ਨੇ 6ਵੇਂ ਪਾਤਸ਼ਾਹ ਨਾਲ ਜੰਗ ਦੇ ਵਿੱਚ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ, ਤਾਂ ਇਸ ਕਰਕੇ ਹੁਣ ਨਾਲ ਸ਼ਹੀਦ ਸਿੱਧ
ਬਾਬਾ ਸ਼ਹੀਦ ਸਿੱਧ ਸਿਲਵਰਾ ਕਿਹਾ ਜਾਂਦਾ ਹੈ, ਕਿਉਂਕਿ ਸ਼ਹੀਦੀ ਦਾ ਖਿਤਾਬ ਆ ਜਿਹੜਾ ਉਹ ਸਿੱਧ ਨਾਲੋਂ ਉੱਚਾ ਹੈ। ਇਸ ਕਰਕੇ ਅਸੀਂ ਹੁਣ ਬਾਬਾ ਜੀ ਨੂੰ ਸ਼ਹੀਦ ਸਿਲਵਰਾ ਕਹਿ ਕੇ ਹੀ ਜ਼ਿਆਦਾ ਮਾਣ ਮਹਿਸੂਸ ਕਰਦੇ ਹਾਂ। ਸੋ ਸੰਗਤਾਂ ਆਉਂਦੀਆਂ ਨੇ, ਸਰੋਵਰ ਬਣਿਆ ਹੈ, ਸਰੋਵਰ ਦੇ ਵਿੱਚ ਵੀ ਸੰਗਤਾਂ ਇਸ਼ਨਾਨ ਪਾਣੀ ਕਰਦੀਆਂ ਨੇ, ਅਤੇ ਬਾਕੀ ਜੋ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਪ੍ਰਸ਼ਾਦੇ ਚੱਲਦੇ ਆ, ਸਾਰੀਆਂ ਸੰਗਤਾਂ ਆਪਣੀ ਸ਼ਰਧਾ ਭਾਵਨਾ ਨਾਲ ਮਨੋਕਾਮਨਾ ਸੰਪੂਰਨ ਕਰਦੀਆਂ ਨੇ। ਅਤੇ ਇੱਥੇ ਕੋਈ ਵੀ ਜੋ ਵੀ ਪ੍ਰਬੰਧਕੀ ਕਮੇਟੀ ਆ ਉਹ ਨਗਰ ਸੇਲਵਰਾ ਦੇ ਸਹਿਯੋਗ ਦੇ ਨਾਲ ਸਾਰੀ ਸੰਗਤਾਂ ਵੱਲੋਂ ਪ੍ਰਬੰਧਕੀ ਕਮੇਟੀ ਬਣੀ ਹੋਈ ਹੈ, ਜੋ ਕਿ ਸਾਰੇ ਨਗਰ ਦੇ ਰਲ ਮਿਲ ਕੇ ਸਹਿਯੋਗ ਦੇ ਨਾਲ ਹੀ ਕਮੇਟੀ ਬਣੀ ਹੈ। ਕੋਈ ਕਿਸੇ ਦਾ ਇੱਥੇ ਬਾਹਰੋਂ ਕਿਸੇ ਦਾ ਕੋਈ ਯੋਗਦਾਨ ਨਹੀਂ, ਨਗਰ ਸਾਰੇ ਨਗਰ ਸੇਲਵਰਾ ਦੇ ਸਹਿਯੋਗ ਨਾਲ ਇਹ ਮੇਲਾ 3 ਦਿਨ ਅਸੂਬ ਦੀ 9ਵੀਂ 10ਵੀਂ ਅਤੇ 11 ਵਾਲੇ ਦਿਨ ਲੱਗਦਾ ਹੈ, ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਿਰੇ ਚੜ੍ਹਦਾ ਹੈ। ਅਤੇ ਬਾਬਾ ਜੀ ਦੇ ਜੋ ਹੋਰ ਵੀ ਸਥਾਨ ਹੈ, ਜਿਵੇਂ ਸ਼ਹੀਦ ਬਾਬਾ ਸਿਲਵਰਾ ਜੀ ਦਾ ਜਨਮ ਸਥਾਨ ਆ ਚੰਡੇਰ ਮਹਾਂਪੁਰਖਾਂ, ਉਸ ਦੇ ਨਾਲ ਹੀ ਚੰਡੇਰ ਕਲਾਂ ਹੈ, ਅੰਮ੍ਰਿਤਸਰ ਤੋਂ ਅੱਗੇ ਵੀ ਕੁਝ ਜਗ੍ਹਾ ਚਹਿਲਾਂ ਪਿੰਡ ਹੈ, ਉੱਥੋਂ ਵੀ ਸੰਗਤਾਂ ਮੇਲੇ ਦੇ ਵਿੱਚ ਆਉਂਦੀਆਂ ਨੇ, ਉੱਥੇ ਵੀ ਮੇਲਾ ਲੱਗਦਾ ਹੈ। ਇਸੇ ਤਰ੍ਹਾਂ ਹੀ ਮੇਲਾ ਉੱਥੇ ਵੀ ਭਰਦਾ ਹੈ ਬਾਬਾ ਜੀ ਦੀ ਯਾਦ ਦੇ ਵਿੱਚ, ਉੱਥੋਂ ਸੰਗਤਾਂ ਹਰੇਕ ਸਾਲ ਮੇਲੇ 'ਤੇ ਇੱਥੇ ਆਉਂਦੀਆਂ ਨੇ। ਅਸੀਂ ਇਸ ਨਗਰ ਤੋਂ ਵੀ ਸੰਗਤਾਂ ਉਹਨਾਂ ਪਿੰਡਾਂ ਦੇ ਵਿੱਚ ਮੇਲੇ 'ਤੇ ਜਾਂਦੀਆਂ ਨੇ। ਇਸ ਕਰਕੇ ਅਸੀਂ ਸ਼ਹੀਦ ਬਾਬਾ ਸਿਲਵਰਾ ਅਤੇ ਸ਼ਹੀਦ ਬਾਬਾ ਡੋਗਰ ਜੀ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ। ਜੋ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਸਾਰਿਆਂ ਦਾ ਕਮੇਟੀ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪਿੰਡ ਸਿਲਵਰਾ ਵਿੱਚ ਸਾਲਾਨਾ ਜੋੜ ਮੇਲਾ ਲੱਗਦਾ ਹੈ, ਭਾਈ ਵਹਿਲੋ ਜੀ ਯਾਦ 'ਚ, ਭਾਈ ਸਿਲਵਰਾ ਜੀ ਦੀ ਯਾਦ 'ਚ ਲੱਖਾਂ ਦੀ ਤਾਦਾਦ ਵਿੱਚ ਸੰਗਤ ਆਉਂਦੀ ਹੈ। ਲੰਗਰ ਪਾਣੀ 3 ਦਿਨ ਖੁੱਲ੍ਹਾ ਚੱਲਦਾ ਗਾ, 350 ਬੰਦਾ ਇੱਥੇ ਅਸੀਂ ਸੇਵਾ ਵਿੱਚ ਲੱਗਿਆ ਹੋਇਆ ਹੈ। ਬਾਹਰੋਂ ਆਈਆਂ ਸੰਗਤਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ, ਅਸੀਂ ਧੰਨਵਾਦ ਕਰਦੇ ਹਾਂ 365.com ਕਬੱਡੀ ਵਾਲਿਆਂ ਦਾ, ਜਿਹੜੇ ਸਾਡੇ ਨਾਲ ਵਿਚਾਰ ਸਾਂਝੇ ਕਰਨ ਆਏ ਹੈ। ਬਹੁਤ ਜ਼ਿਆਦਾ ਇੱਥੇ ਸੁੱਖਾਂ ਪੂਰੀਆਂ ਹੁੰਦੀਆਂ, ਬਹੁਤ ਸੰਗਤ ਆਉਂਦੀ ਹੈ। 3 ਦਿਨ ਅਸੀਂ ਪੂਰੀ ਤਨਦੇਹੀ ਨਾਲ ਸੇਵਾ ਕਰਦੇ ਹਾਂ। ਨੌਜਵਾਨ ਮੁੰਡੇ ਚੰਗੇ ਨਸ਼ਿਆਂ ਤੋਂ ਪਾਸੇ ਹਟ ਕੇ ਇੱਥੇ ਸੇਵਾ ਵਿੱਚ ਮਗਨ ਹੁੰਦੇ ਆ, ਸਵੇਰ ਤੋਂ ਸ਼ਾਮ ਤੱਕ ਛੋਟੇ ਛੋਟੇ ਬੱਚੇ ਵੀ ਇੱਥੇ ਸੇਵਾ ਕਰਦੇ ਨੇ। ਅਸੀਂ ਬਾਹਰੇ ਆਈਆਂ ਸੰਗਤਾਂ ਨੂੰ ਜੀਆਂ ਆ ਆਖਦੇ ਹਾਂ। ਲੰਗਰ ਪਾਣੀ ਪ੍ਰਸ਼ਾਦਾ ਰਹਿਣ ਦਾ ਪ੍ਰਬੰਧ ਵੀ ਸਾਡੇ ਇੱਥੇ ਮੱਲੋ ਗੁਰਦੁਆਰਿਆਂ ਵੱਲੋਂ ਹੁੰਦਾ, 3-4 ਗੁਰਦੁਆਰਿਆਂ 'ਚ ਚੰਗੀ ਸੇਵਾ ਨਿਭਾਈ ਜਾਂਦੀ ਹੈ, ਚੰਗਾ ਲੰਗਰ ਪਾਣੀ ਚੱਲਦਾ। ਅਸੀਂ ਬਾਹਰੋਂ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ, ਜੀਆਂ ਆਖਦੇ ਹਾਂ। ਬੱਚੇ ਹੋਰ ਵੀ ਮੱਲੋ ਛੋਟੇ ਛੋਟੇ ਪਾਣੀ ਜਲ ਸਵੀਲ ਲੱਗੀ ਹੁੰਦੀ ਹੈ, ਮੱਲੋ ਸਾਰੀਆਂ ਸੰਗਤਾਂ ਜੋੜੇ ਘਰ 'ਚ ਹੁੰਦੀਆਂ, ਲੰਗਰ ਚੱਲਦੇ ਆ, ਸਾਰਿਆਂ 'ਤੇ ਸੇਵਾ ਹੁੰਦੀ ਹੈ, ਜਨਰੇਟਰ 'ਤੇ ਅੱਡ ਡਿਊਟੀ ਹੁੰਦੀ ਹੈ। ਅਸੀਂ ਮੱਲੋ 15-20 ਸਾਲਾਂ ਤੋਂ ਅਸੀਂ 40-45 ਬੰਦੇ ਪਹਿਲਾਂ ਤੋਂ ਲੈ ਕੇ 15-20 ਦਿਨ ਤੋਂ ਲੈ ਕੇ ਇੱਥੇ ਸੇਵਾ ਕਰਦੇ ਹਾਂ। ਹਾਂ, ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਸਾਡਾ ਬਣਾਇਆ ਹੋਇਆ ਹੈਗਾ, ਅਤੇ ਅਸੀਂ ਧੰਨਵਾਦ ਕਰਦੇ ਹਾਂ, ਜੀ ਹਾਂ ਆਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਘਨੱਈਏ ਦੇ ਨਾਂ 'ਤੇ ਸਾਡਾ ਜੀ ਕਲੱਬ ਹੈ, ਅਸੀਂ 18 ਸਾਲ ਤੋਂ ਲੈ ਕੇ ਇਸ ਪਾਣੀ ਦੀ ਸੇਵਾ ਕਰਦੇ ਹਾਂ। ਹਰ ਥਾਂ 'ਤੇ ਵੀ ਜਿੱਥੇ ਵੀ ਸਾਨੂੰ ਕੋਈ ਧਾਰਮਿਕ ਪ੍ਰੋਗਰਾਮ ਲੱਗਦਾ ਅਸੀਂ ਉਸ ਥਾਂ 'ਤੇ ਪਹੁੰਚਦੇ ਹਾਂ। 24-25 ਬੰਦਿਆਂ ਦਾ ਨੇੜ ਸਾਡਾ ਸੇਵਾਦਾਰ ਹਨ। ਕੋਈ ਨਗਰ ਕੀਰਤਨ ਹੈ, ਚਾਹੇ ਕਿਤੋਂ ਵੀ ਕੋਈ ਪ੍ਰੋਗਰਾਮ ਹੁੰਦਾ ਕੋਈ ਧਾਰਮਿਕੀ, ਅਸੀਂ ਉਸ ਦੇ ਵਿੱਚ ਸੰਯੋਗ ਦਿੰਦੇ ਹਾਂ ਪੂਰਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅਸੀਂ ਪਿੰਡ ਸੇਲਵਰਾ ਤੋਂ, ਜ਼ਿਲ੍ਹਾ ਬਠਿੰਡਾ। ਹਰ ਸਾਲ ਦੀ ਵਾਰ ਤਰ੍ਹਾਂ ਅਸੀਂ ਇਸ ਵਾਰ 44ਵਾਂ ਕਬੱਡੀ ਦਾ ਟੂਰਨਾਮੈਂਟ ਕਰਵਾ ਰਹੇ ਹਾਂ, ਜਿਹੜੇ ਕਿ ਵਜਨ 42 ਕਿਲੋ, 50 ਕਿਲੋ, 60 ਕਿਲੋ ਅਤੇ 75 'ਤੇ ਓਪਨ ਕਰਵਾਵਾਂਗੇ। ਹਰ ਵਾਰ ਅਸੀਂ ਕਰਵਾਉਂਦੇ ਹਾਂ, ਵਾਲੀਬਾਲ ਦੇ ਮੈਚ ਕਰਵਾਏ ਆ, ਨਾਲ ਦੇ ਪਿੰਡਾਂ ਦੇ ਸੰਯੋਗ ਲੈ ਕੇ ਨੇੜੇ ਨੇੜੇ ਪਿੰਡ ਆ, ਢਵਾਲੀ, ਭਾਈ ਰੂਪਾ, ਘੰਡਾ ਬੰਨਾ,
ਭੈਣੀ ਬੁਰਜਗੱਲ ਸਾਰੇ ਪਿੰਡਾਂ ਦਾ ਸਹਿਯੋਗ ਲੈ ਕੇ ਨਾਲ ਕਰਵਾ ਰਹੇ ਹਾਂ ਅਤੇ ਸਾਡੇ ਕਲੱਬ ਦਾ ਨਾਮ ਬਾਬਾ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿਸਟਰਡ ਨੰਬਰ 220 ਜੋ ਕਿ ਸਾਡਾ ਸਾਰੀ ਮੈਨੇਜਮੈਂਟ ਬਹੁਤ ਵਧੀਆ ਨਗਰ ਪੰਚਾਇਤ ਸਾਡਾ ਸਾਥ ਦਿੰਦੀ ਆ ਸਮੂਹ ਕਲੱਬ ਜਿੰਨੇ ਵੀ ਬਣੇ ਹੋਏ ਆ ਜਿੰਨੀਆਂ ਸਾਂਝੀਆਂ ਸੰਸਥਾਵਾਂ ਬਣੀਆਂ ਸਾਰੇ ਸਹਿਯੋਗ ਦਿੰਦੇ ਆ ਇਹ ਜਿਹੜਾ ਕਿ ਸਾਲਾਨਾ ਜੋੜ ਮੇਲਾ ਭਾਈ ਬਹਿਲੋ ਸਭ ਤੋਂ ਪਹਿਲਾਂ ਤੋਂ ਅਤੇ ਸ਼ਹੀਦ ਬਾਬਾ ਸੇਲਵੜਾ ਦੀ ਯਾਦ ਵਿੱਚ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਪਿਛਲੇ 44 ਸਾਲਾਂ ਤੋਂ ਲਗਾਤਾਰ ਹੋ ਰਿਹਾ ਹਰ ਵਾਰ ਅਸੀਂ ਕੋਈ ਨਵੀਂ ਚੀਜ਼ ਕਰਵਾਉਣਾ ਇਸ ਸਾਲ ਅਸੀਂ 40 ਸਾਲਾਂ ਦੇ 100 ਮੈਚ ਕਰਵਾਵਾਂਗੇ ਪਿਛਲੀ ਵਾਰ ਵੀ ਕਰਵਾਏ ਸੀ ਅਤੇ ਵਾਲੀਬਾਲ ਵੀ ਕਰਵਾਇਆ ਸੀ ਕੱਲ੍ਹ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਸ ਟੂਰਨਾਮੈਂਟ ਦੀ ਹੌਸਲਾ ਅਫਜ਼ਾਈ ਕਰੋ ਕਿ ਜੋ ਪਿੰਡ ਸੇਲਵਰਾ ਹੈ ਇਹ ਭਾਈ ਬਹਿਲੋ ਸਭ ਤੋਂ ਪਹਿਲੋਂ ਦਾ ਵਸਾਇਆ ਹੋਇਆ ਨਗਰ ਹੈ ਉਹਨਾਂ ਵੱਲੋਂ ਇਸ ਨਗਰ ਦੇ ਵਿੱਚ ਇੱਕ ਲੰਗਰ ਦੀ ਪ੍ਰਸਤ ਚਲਾਈ ਗਈ ਸੀ ਜਿਹੜੇ ਉਹ ਅੱਜ ਵੀ ਉਹ ਜਿਹੜੇ ਚੁੱਲ੍ਹੇ ਆ ਜਿਨ੍ਹਾਂ ਉੱਤੇ ਲੰਗਰ ਬਣਦਾ ਸੀ ਉਹ ਮੌਜੂਦ ਹੈ ਅਤੇ ਇੱਥੇ ਅਸੀਂ ਜੋ ਇਹ ਮੇਲਾ ਲੱਗਦਾ ਨੌਵੇਂ ਸਰਾਧ ਤੋਂ ਸ਼ੁਰੂ ਹੁੰਦਾ ਅਸੀਂ ਸੱਤਵੇਂ ਸਰਾਧ ਨੂੰ ਸਾਡੀ ਭਾਈ ਬਹਿਲੋ ਸਭ ਤੋਂ ਪਹਿਲੋਂ ਵਿਕਾਸ ਕਮੇਟੀ ਬਣੀ ਹੋਈ ਹੈ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਸ਼ਾਹੀ ਛੇਵੀਂ ਅਤੇ ਭਾਈ ਬਹਿਲੋ ਇਹਨਾਂ ਸਾਂਝਾ ਦੋਨੇ ਕਮੇਟੀਆਂ ਦੇ ਸਹਿਯੋਗ ਨਾਲ 7 ਤਰੀਕ ਨੂੰ ਉੱਥੇ ਅਸੀਂ 7ਵੀਂ ਨੂੰ ਜਿਹੜੇ 7ਵੇਂ ਸਰਾਧ ਨੂੰ ਉੱਥੇ ਅਖੰਡ ਪਾਠ ਪ੍ਰਕਾਸ਼ ਕਰਕੇ ਅਤੇ ਅੱਜ ਜਿਵੇਂ 9ਵੀਂ ਆ ਉੱਥੇ ਭੋਗ ਪਾ ਕੇ ਉੱਥੇ ਸਮਾਪਤੀ ਕਰ ਦਿੱਤੀ ਜਾਂਦੀ ਹੈ ਅਤੇ ਉੱਥੇ ਸਿਰਫ ਇਕੱਲਾ ਲੰਗਰਾਂ ਵਾਸਤੇ ਹੀ ਦਰਸ਼ਨਾਂ ਵਾਸਤੇ ਜਿਹੜੇ ਲੰਗਰ ਆ ਉਹਨਾਂ ਦੇ ਜਿਹੜੀ ਬਿਲਡਿੰਗਾਂ ਨੂੰ ਖੁੱਲ੍ਹਾ ਰੱਖਿਆ ਜਾਂਦਾ ਸੇਵਾਦਾਰ ਬਹਿੰਦੇ ਹੈ ਅਤੇ ਬਾਕੀ ਜੋ ਲੰਗਰ ਹੈ 4 ਦਿਨ ਮੇਲੇ ਵਾਸਤੇ ਉਹ ਜੋ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਚਰਨ ਛੂਹ ਪ੍ਰਾਪਤ ਹੈ ਪਿੰਡ ਦੇ ਵਿੱਚ ਬਣਿਆ ਹੋਇਆ ਉੱਥੇ ਇਹ ਜਿਹੜਾ ਲੰਗਰ ਹੈ ਇਹ ਸ਼ੁਰੂ ਹੋ ਜਾਂਦਾ ਦਿਨ ਰਾਤ ਇਹ ਚੱਲਦਾ 4-5 ਦਿਨ ਸੇਵਾਦਾਰਾਂ ਵੱਲੋਂ ਬਹੁਤ ਹੀ ਮਿਹਨਤ ਨਾਲ ਸੇਵਾ ਕੀਤੀ ਜਾਂਦੀ ਹੈ ਲੰਗਰ ਛਕਾਇਆ ਜਾਂਦਾ ਬੀਬੀਆਂ ਮਾਈਆਂ ਵੱਲੋਂ ਜੋ ਲੰਗਰ ਉਹ ਤਿਆਰ ਕੀਤਾ ਜਾਂਦਾ ਅਤੇ ਜੋ ਮੈਂ ਤੁਹਾਨੂੰ ਦੱਸਾਂ ਵੀ ਭਾਈ ਬਹਿਲੋ ਸਭ ਤੋਂ ਪਹਿਲੋਂ ਉਹਨਾਂ ਵੱਲੋਂ ਇਹ ਨਗਰ ਵਸਾਇਆ ਅਤੇ ਉਹਦੀ ਤਕਰੀਬਨ 14ਵੀਂ 15ਵੀਂ ਅਤੇ 16ਵੀਂ ਉਹਦੇ ਵੰਸ਼ ਦੀ ਪੀੜ੍ਹੀ 'ਚੋਂ ਇੱਥੇ ਜਿਹੜੇ ਅਸੀਂ ਲੋਕ ਮੌਜੂਦ ਹਾਂ ਜਿਹਦੇ ਵਿੱਚ ਸਾਰੀ ਕੌਮਾਂ ਅਤੇ ਸਾਰੇ ਧਰਮਾਂ ਦੇ ਲੋਕ ਘੁੱਗ ਵੱਸਦੇ ਆ ਮਿਲ ਪਿਆਰ ਨਾਲ ਰਹਿੰਦੇ ਆ ਸਾਰੇ ਆਪਦੇ ਦੁੱਖ ਸੁੱਖ ਕਾਰਜ ਵਿਆਹ ਖੁਸ਼ੀਆਂ ਸਭ ਸਾਂਝੇ ਮਨਾਉਂਦੇ ਆ ਅਤੇ ਜੋ ਇਹ ਮੇਲਾ ਆਏ ਸਾਲ ਇਹਦਾ ਅੰਗਰੇਜ਼ੀ ਤਰੀਕ ਨਾਲ ਨਹੀਂ ਫਿਕਸ ਇਹ ਸਰਾਧਾਂ ਦੀ 9ਵੀਂ 10ਵੀਂ ਅਤੇ 11 ਨੂੰ ਸਮਾਪਤ ਹੋ ਜਾਂਦਾ ਅਤੇ 8ਵੀਂ ਵਾਲੇ ਦਿਨ ਟੂਰਨਾਮੈਂਟ 4 ਦਿਨ ਚੱਲਦਾ ਅਤੇ 11 ਵਾਲੇ ਦਿਨ ਮੇਲਾ ਸਮਾਪਤ ਹੋ ਜਾਂਦਾ ਟੂਰਨਾਮੈਂਟ ਸਮਾਪਤ ਹੋ ਜਾਂਦਾ ਅਤੇ 12 ਨੂੰ ਇਕੱਲਾ ਜਿਹੜੀਆਂ ਪਿੰਡ ਦੀਆਂ ਸਾਡੀਆਂ ਬੀਬੀਆਂ ਮਾਈਆਂ ਕਿਉਂਕਿ ਉਹ 4 ਦਿਨ ਸੇਵਾ ਕਰਦੀਆਂ ਬਾਹਰੋਂ ਆਏ ਲੋਕਾਂ ਦੀ ਉਹਨਾਂ ਕੋਲ ਮੇਲਾ ਦੇਖਣ ਨੂੰ ਟਾਈਮ ਨਹੀਂ ਹੁੰਦਾ ਫਿਰ ਉਹ 12 ਵਾਲੇ ਦਿਨ ਖਰੀਦੋ ਫਰੋਖਤ ਜਵਾਕਾਂ ਵਾਸਤੇ ਖਿਡੌਣੇ ਵਗੈਰਾ ਹੋਰ ਉਹ ਲੱਗਦਾ ਕਿਉਂਕਿ ਜੋ ਇਤਿਹਾਸ ਦੇ ਵਿੱਚ ਮਿਲਦਾ ਉਹ ਜਿਹੜਾ ਇਹ ਭਾਈ ਬਹਿਲੋ ਸਭ ਤੋਂ ਪਹਿਲੋਂ ਇਹਨਾਂ ਦੇ ਨਾਂ 'ਤੇ ਇੱਕ ਮੇਲਾ ਇਹਨਾਂ ਦੇ ਪਿੰਡ ਫਫੜੇ ਭਾਈ ਉਹ 8ਵੀਂ ਤੋਂ ਸ਼ੁਰੂ ਹੁੰਦਾ ਕੱਲ੍ਹ ਦਾ ਸ਼ੁਰੂ ਹੋਇਆ ਵੈ ਅਤੇ ਇਸੇ ਤਰ੍ਹਾਂ ਹੀ ਇੱਕ ਇਸੇ ਨਾਂ 'ਤੇ ਅੰਮ੍ਰਿਤਸਰ ਦੇ ਏਰੀਏ ਦੇ ਵਿੱਚ ਵੀ ਕੋਈ ਇਹ ਦਿਨ ਹੈ ਜਿਹੜਾ ਭਾਈ ਬਹਿਲੋ ਦੇ ਨਾਂ 'ਤੇ ਮਨਾਇਆ ਜਾਂਦਾ ਬਾਬੇ ਸਿੱਧ ਦੀ ਜਗ੍ਹਾ ਤੁਹਾਨੂੰ ਦੱਸਿਆ ਵੀ ਪਿੰਡ ਦੇ ਪਿਛਲੇ ਪਾਸੇ ਬਾਹਰ ਖੇਤਾਂ ਵਿੱਚ ਬਣੀ ਹੋਈ ਆ ਉੱਥੇ ਵੀ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਸੋਹਣਾ ਪ੍ਰਬੰਧ ਚੱਲਦਾ ਲੰਗਰ ਚੱਲਦਾ ਉੱਥੋਂ ਹੀ ਨੇੜੇ ਦੋਨੇ ਗੁਰਦੁਆਰੇ ਦੇ ਸੰਨ ਦੇ ਵਿੱਚ ਜਿਹੜਾ ਮੇਲਾ ਭਰਦਾ ਸਾਰਾ ਦੁਕਾਨਾਂ ਬਾਜ਼ਾਰ ਸਜਦੇ ਆ ਟੂਰਨਾਮੈਂਟ ਚੱਲਦਾ ਅਤੇ ਇਵੇਂ ਹੀ ਇੱਕ ਇੱਧਰ ਸਾਡੇ ਉਤਲੇ ਪਾਸੇ ਸੰਤ ਬਾਬਾ ਜੋਰਾ ਸਿੰਘ ਜੀ ਬੱਧਣੀ ਵਾਲਿਆਂ ਦੀ ਠਾਠ ਬਣੀ ਹੋਈ ਹੈ
ਉੱਥੇ ਵੀ ਗੁਰੂ ਸਾਹਿਬ ਬਿਰਾਜਮਾਨ ਹੈ। ਉੱਥੇ ਆਏ ਸ਼ਨੀਵਾਰ ਮਤਲਬ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਹੈ ਅਤੇ ਮਹੀਨੇ ਦੇ ਵਿੱਚ ਜਾਂ 2 ਮਹੀਨਿਆਂ ਤੋਂ 1 ਵਾਰੀ ਉੱਥੇ ਬਾਬਾ ਜੀ ਆਪ ਆਉਂਦੇ ਹੈ ਸੰਗਤਾਂ ਨੂੰ ਪ੍ਰਵਚਨ ਦੇਣ, ਅਤੇ ਆਮ ਉਹਨਾਂ ਦੇ ਜਿਹੜੇ ਚੇਲੇ ਆ ਉੱਥੇ ਮਤਲਬ ਜੋ ਉਹਨਾਂ ਦੇ ਸੇਵਕ ਹੈ ਉਹ ਨਿਰੰਤਰ ਜਿਹੜਾ ਗੁਰਬਾਣੀ ਦਾ ਪ੍ਰਵਾਹ ਹੈ ਉਹ ਦਿਨ ਰਾਤ ਚੱਲਦਾ ਹੈ। ਮੈਂ ਤਾਂ ਇਹਨੂੰ ਇਹੀ ਕਹਿਣਾ ਵੀ ਭਾਈ ਜਿਹੜਾ ਸਾਡਾ ਇਹ ਨਗਰ ਹੈ ਵਧੇ ਫੁੱਲੇ ਤਰੱਕੀਆਂ ਕਰੇ ਅਤੇ ਸਾਡਾ ਜਿਹੜਾ ਇਤਿਹਾਸ ਹੈ ਇਹ ਸਾਰੇ ਖਿਲਰੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹੋ ਜਿਹੇ ਇਤਿਹਾਸਿਕ ਨਗਰ ਵੱਸਦੇ ਹੈ। ਸੋ ਭਾਈ ਬਹਿਲੋ ਸਭ ਤੋਂ ਪਹਿਲੋ ਅਤੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਉਹਨਾਂ ਦਾ ਜਿਹੜਾ ਇਹ ਚਰਨ ਛੋ ਪ੍ਰਾਪਤ ਨਗਰ ਹੈ। ਅਤੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿੰਡ ਸੇਲਵਰਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਦੇ ਵਾਸੀ ਹਾਂ। ਇਸ ਸੇਲਵਰਾ ਪਿੰਡ ਦੇ ਵਿੱਚ ਪੁਰਾਣੇ ਸਾਲਾਂ ਤੋਂ ਮੇਲਾ ਜੋ ਕਿ ਭਾਈ ਵਹਿਲੋ ਸਭ ਤੋਂ ਪਹਿਲੋਂ ਦੀ ਯਾਦ ਵਿੱਚ ਲੱਗਦਾ ਆ ਰਿਹਾ ਹੈ। ਭਾਈ ਵਹਿਲੋ ਜੀ ਨੇ ਅੰਮ੍ਰਿਤਸਰ ਵਿਖੇ ਸਰੋਵਰ ਦੀ ਉਸਾਰੀ ਵਿੱਚ ਅਣਥਕ ਮਿਹਨਤ ਨਾਲ ਇੱਟਾਂ ਦੀ ਪਕਾਈ ਕਰਕੇ ਅਤੇ ਪੌੜੀਆਂ ਦੀ ਜੋ ਚਾਲੂ ਆਪਣੇ ਸੇਵਾ ਚੱਲਦੀ ਸੀ ਉੱਥੇ ਮਿਹਨਤ ਕੀਤੀ ਪੂਰੀ। ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਮਿਹਨਤ ਤੋਂ ਸਦਕਾ ਇਹਨਾਂ ਨੂੰ ਰੋਟੀ ਦਾ ਥਾਲ ਪਰੋਸ ਕੇ ਭਾਈ ਵਹਿਲੋ ਸਭ ਤੋਂ ਪਹਿਲੋਂ ਦਾ ਵਰ ਬਖਸ਼ਿਆ। ਅਤੇ ਪਿੰਡਾਂ ਦੇ ਵਿੱਚ ਜਿਵੇਂ ਕਿ ਭਗਤਾ ਭਾਈਕਾ, ਫਫੜੇ ਭਾਈਕੇ, ਸੇਲਵਰਾ ਅਤੇ ਹੋਰ ਪਿੰਡ ਵੀ ਜਿੱਥੇ ਕਿ ਭਾਈ ਵਹਿਲੋ ਦੀ ਵਸ ਰਹੇ ਹਨ ਤਾਦਾਦ ਦੇ ਵਿੱਚ। ਅਤੇ ਭਾਈ ਵਹਿਲੋ ਜੀ ਨੇ ਜਦੋਂ ਪਹਿਲਾਂ ਪ੍ਰਧਾਨ ਜਦੋਂ ਆਪਣੇ ਅਨਾਜ ਦੀ ਥੁੜ ਹੁੰਦੀ ਸੀ ਇਸ ਜਗ੍ਹਾ ਦੇ ਵਿੱਚ 2 ਗੇਟ ਹੁੰਦੇ ਸੀ, 1 ਗੇਟ ਵਿੱਚ ਦੀ ਲੋਕ ਆਉਂਦੇ ਸੀ ਅਤੇ 2 ਗੇਟ ਪ੍ਰਸ਼ਾਦੇ ਛੱਕ ਕੇ ਇੱਥੋਂ ਚਲੇ ਜਾਂਦੇ ਸਨ। ਉਦੋਂ ਆਹ ਸੜਕਾਂ ਆਦਿ ਨਹੀਂ ਹੁੰਦੀਆਂ ਸਨ, ਪੱਗ ਡੰਡੀਆਂ ਹੁੰਦੀਆਂ ਸਨ। ਪੱਗ ਡੰਡੀਆਂ ਉੱਤੇ ਤੁਰ ਕੇ ਲੋਕ ਆਪਣੇ ਰਾਤ ਦੇ ਰਹਿਣ ਲਈ ਅਤੇ ਰੋਟੀ ਲਈ ਆਪਣੀ ਜਗ੍ਹਾ ਦਾ ਦੀ ਭਾਲ ਕਰਦੇ ਸਨ। ਉਸ ਵੇਲੇ ਤੋਂ ਇਹ ਇੱਥੇ ਬਹੁਤ ਵੱਡੀ ਹਵੇਲੀ ਹੁੰਦੀ ਸੀ ਜਿਸ ਦੇ ਉੱਤੇ 4 ਸਪੇਰੇ ਚੁਬਾਰੇ ਹੁੰਦੇ ਸੀ। ਇੱਥੇ ਇੱਕ ਖਰਾਸ ਵੀ ਲੱਗਿਆ ਹੁੰਦਾ ਸੀ। ਅਸੀਂ ਜਿਉਂ ਆਪਣੀ ਸਾਡੀ ਸੁਰਤ ਸੰਭਲੀ ਹੈ ਉਦੋਂ ਤੋਂ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਲੱਗ ਗਏ ਅਤੇ ਸਾਡੇ ਮੇਲੇ ਦੇ ਵਿੱਚ ਹੁਣ ਤੱਕ ਕਦੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਪਹਿਲਾਂ ਅਣਸੁਖਾਵੀਆਂ ਘਟਨਾ ਕੋਈ ਬਹੁਤ ਹੁੰਦੀਆਂ ਸੀ ਅਤੇ ਹੁਣ ਬਹੁਤ ਵਧੀਆ ਸਾਰਾ ਪਿੰਡ ਰਲ ਮਿਲ ਕੇ ਅਸੀਂ ਇਸ ਨੂੰ ਚਲਾ ਰਹੇ ਹਾਂ। ਸਾਰੇ ਪਿੰਡ ਦਾ ਸਹਿਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪੀ ਸਾਜੀਵਾਜੀ ਸਾਧ ਸੰਗਤ ਜੀਓ, ਭਾਈ ਵਹਿਲੋ ਜੀ ਨੇ ਇਸ ਸਥਾਨ 'ਤੇ ਤਕਰੀਬਨ 350-400 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਦੇ ਦੱਸਣ ਮੁਤਾਬਕ ਵੀ ਇਸ ਸਥਾਨ 'ਤੇ ਸਤਨਾਜੇ ਦਾ ਲੰਗਰ ਚਲਾਇਆ ਜਾਂਦਾ ਸੀ। ਇੱਥੇ ਲੰਗਰ ਜਿਹੜੇ ਸੀਗੇ 24 ਘੰਟੇ ਚੱਲਦੇ ਸੀ। ਉਸ ਤੋਂ ਬਾਅਦ ਕੁਛ ਸਮਾਂ ਐਸਾ ਮਤਲਬ ਸਾਡੀ ਸੁਰਤ ਤੋਂ ਕੁਛ ਚਿਰ ਪਹਿਲਾਂ ਜਿਹੜਾ ਇਹ ਸਥਾਨ ਸੀ, ਸਥਾਨ ਕਾਇਮ ਸੀ ਉਸੇ ਤਰ੍ਹਾਂ ਹੀ ਸੀ, ਲੇਕਿਨ ਥੋੜ੍ਹਾ ਜਿਹਾ ਪਤਾ ਨਹੀਂ ਕਿਸ ਕਾਰਨਾਂ ਕਰਕੇ ਲੋਕਾਂ ਦਾ ਜਿਹੜਾ ਇੱਥੇ ਜਿਹੜਾ ਮੇਲਾ ਲੱਗਦਾ ਸੀ ਗੁਰੂ ਦੇ ਭਾਈ ਵਹਿਲੋ ਜੀ ਨੇ ਲੱਗਣ ਲਾਇਆ ਸੀ, ਲੰਗਰ ਲੱਗਦੇ ਸੀ ਉਸ ਦੇ ਵਿੱਚ ਥੋੜ੍ਹੀ ਜਿਹੀ ਕੁਛ ਸਾਲ ਪਹਿਲਾਂ, ਅੱਜ ਤੋਂ ਕੋਈ 80-90-100 ਸਾਲ ਪਹਿਲਾਂ ਦੀ ਗੱਲ ਹੋਣੀ ਹੈ, ਕੁਛ ਥੋੜ੍ਹਾ ਜਿਹਾ ਇੱਥੇ ਸੰਗਤਾਂ ਦਾ ਆਉਣ ਜਾਣ ਦਾ ਘੱਟ ਸੀਗਾ। ਉਸ ਤੋਂ ਬਾਅਦ ਜਦੋਂ ਦੀ ਸਾਡੀ ਸੁਰਤ ਸੰਭਲੀ ਹੈ, ਸਾਡੀ ਸੁਰਤ ਤੋਂ ਪਹਿਲਾਂ ਜਿਹੜਾ ਕਿ ਇੱਥੇ
ਸਾਰੇ ਭਾਈ ਕੇ ਘਰਾਣੇ ਤਕਰੀਬਨ ਮਤਲਬ ਉਸ ਮੇਲੇ ਨੂੰ 45-50 ਸਾਲ ਪਹਿਲਾਂ ਇਸ ਅਸਥਾਨ 'ਤੇ ਲਗਾਤਾਰ ਲੰਗਰ ਹਰ ਮੇਲੇ ਸ਼ਰਾਧਾਂ ਦੀ 9ਵੀਂ 10ਵੀਂ 11th ਨੂੰ ਜਿਹੜਾ ਇੱਥੇ ਮੇਲਾ ਲੱਗਦਾ ਹੈ। ਸੱਚੇ ਪਾਤਸ਼ਾਹ ਦੀ ਸਾਡੇ ਪਿੰਡ ਦੇ ਉੱਤੇ ਬਹੁਤ ਵੱਡੀ ਮਿਹਰ ਹੈ। ਬਹੁਤ ਹੀ ਵਧੀਆ ਇੱਥੇ ਜਿਹੜਾ ਹੈਗਾ ਲੰਗਰ ਗੁਰੂ ਕੇ ਲੰਗਰ ਚੱਲਦੇ ਹੈ। ਮੇਲੇ ਦੇ ਵਿੱਚ ਬਹੁਤ ਸੋਹਣਾ ਗੁਰੂ ਦੀ ਕਿਰਪਾ ਦੇ ਨਾਲ ਸਾਰਾ ਮੇਲਾ, ਜਿਵੇਂ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਹੈ, ਖਿਡਾਰੀ ਆਉਂਦੇ ਹੈ, ਹੋਰ ਸਾਰੇ ਬਾਹਰੋਂ ਆਏ ਗਏ ਮਿੱਤਰ ਦੋਸਤ ਆਉਂਦੇ ਹੈ। ਬਹੁਤ ਵਧੀਆ ਸੱਚੇ ਪਾਤਸ਼ਾਹ ਦੀ ਮਿਹਰ ਰਹਿੰਦੀ ਹੈ ਵੀ ਹਰ ਸਾਲ ਬਹੁਤ ਹੀ ਵਧੀਆ ਮੇਲੇ ਦਾ ਜਿਹੜਾ ਇਹ ਸਾਰਾ ਸਿਰੇ ਲੱਗਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।